ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੀ ਲੈਵਲ ਪੇਸ਼ੈਂਟ ਹੈ ਜੀ, ਜਿਹੜੇ ਕਿ ਆਪਣੇ ਬਲੋਕਸ ਦੇ ਨਾਲ ਪੈਗਨ ਸੋਕਟ ਬਲੋਕ ਕਹਿੰਦੇ ਨੇ, ਇਹਦੇ ਨਾਲ ਇਹ ਐਕਸਰਸਾਈਜ਼ ਕਰ ਰਹੇ ਨੇ। ਤੇ ਡਾਟ ਵਾਲੀ ਗੇਮਸ ਵੀ ਸਾਡੇ ਕੋਲ ਹੈ ਕਿ ਵੀਲਚੇਅਰ ਵਾਲੇ ਪੇਸ਼ੈਂਟ ਹੈ ਜਿਹੜੇ ਆਪਣਾ ਏਮ ਉਹ ਸਹੀ ਕਰਨ ਤੇ ਮੈਂਟਲ ਹੈਲਥ ਦੇ ਉੱਪਰ ਫੋਕਸ ਦੇਣ, ਤਾਂ ਕਿ ਉਹਨਾਂ ਦੀ ਮੈਂਟਲ ਹੈਲਥ ਇੱਕਦਮ ਐਕਟਿਵ ਔਰ ਸਹੀ ਰਹੇ। ਸੁਚੱਜੇ ਢੰਗ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਰੀਏ ਕਿ ਪੇਸ਼ੈਂਟ ਜਿਹੜਾ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ, ਅਕੇਲਾਪਨ ਨਾ ਫੀਲ ਕਰੇ, ਇੱਕ ਫੈਮਿਲੀ ਦੇ ਵਾਂਗੂ ਸਾਡੇ ਕੋਲ ਰਹੇ। ਜਿੱਥੇ ਕਿ ਫਿਜ਼ੀਕਲ ਹੈਲਥ ਦਾ ਅਸੀਂ ਧਿਆਨ ਰੱਖਦੇ ਹਾਂ, ਉੱਥੇ ਹੀ ਮੈਂਟਲ ਹੈਲਥ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਵੇਰੀਅਸ ਐਕਟੀਵਿਟੀਜ਼ ਕਰਵਾਈ ਜਾਂਦੀ ਹੈ, ਜਿਵੇਂ ਵੀਲਚੇਅਰ ਦੇ ਵਿੱਚ ਰੇਸ ਦੇ ਵਿੱਚ ਪਾਰਟਿਸਪੇਟ ਹੋ ਗਿਆ, ਵੀਲਚੇਅਰ ਦੀ ਰੇਸ ਹੋ ਗਈ, ਹੋਰ ਗੇਮਸ ਹੋ ਗਈਆਂ। ਤੁਸੀਂ ਅੱਜ ਦੇਖੋਗੇ ਕਿ ਸਾਡੇ ਕੋਲ ਕਾਫੀ ਸਾਰੀ ਐਸੀ ਗੇਮਸ ਨੇ ਜੋ ਅਸੀਂ ਵੀਲਚੇਅਰ ਪੇਸ਼ੈਂਟਸ ਦੇ ਨਾਲ ਮਿਲ ਕੇ ਖੇਡਦੇ ਵੀ ਹਾਂ ਤੇ ਉਹਨਾਂ ਨੂੰ ਖਿਡਾਉਂਦੇ ਵੀ ਹਾਂ। ਗੁਜ਼ਾਰਿਸ਼ ਕਰਦੇ ਹਾਂ, ਬਾਰ ਬਾਰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤਾਂ ਕਿ ਜੋ ਇਹ ਵੀਡੀਓ ਹੈ ਸਾਡੀ ਇਹ ਲੋੜਵੰਦ ਸੱਜਣ ਤੇ ਦਾਨੀ ਸੱਜਣਾਂ ਕੋਲ ਜ਼ਰੂਰ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, SHSG ਕੇਅਰ ਸੈਂਟਰ ਮਦਨਹੇੜੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਕਾਫੀ ਸਾਰੇ ਸਪਾਈਨਲ ਕੋਡ ਇੰਜਰੀ ਦੇ ਪੇਸ਼ੈਂਟਸ ਨੇ, ਬੜੇ ਹੀ ਵੱਡੇ ਵੱਡੇ ਬੈੱਡ ਸੋਰ, ਬੜੇ ਭਿਆਨਕ ਬੈੱਡ ਸੋਰ, ਜਿਹੜੇ ਕਿ ਗ੍ਰੇਡ 4 ਮਲਟੀਪਲ ਬੈੱਡ ਸੋਰ ਹੋ ਜਾਂਦੇ ਨੇ। ਬੈੱਡ ਸੋਰ ਦੀ ਰਿਕਵਰੀ ਤੇ ਉਸ ਤੋਂ ਬਾਅਦ ਉਹਨਾਂ ਦਾ ਫਿਜ਼ੀਓਥੈਰੇਪੀ ਦਾ ਟ੍ਰੀਟਮੈਂਟ, ਇਹ ਸਾਰਾ ਹੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਇੱਥੇ ਫ੍ਰੀ ਆਫ ਕੋਸਟ ਚੱਲ ਰਿਹਾ ਜੀ। ਬੈੱਡ ਸੋਰ ਠੀਕ ਹੋਣ ਤੋਂ ਬਾਅਦ ਜਿਹੜੇ ਪੇਸ਼ੈਂਟ ਰੀਹੈਬਿਲੀਟੇਸ਼ਨ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦਾ ਫਿਜ਼ੀਓਥੈਰੇਪੀ ਟ੍ਰੀਟਮੈਂਟ, ਯਾਨੀ ਕਿ ਉਹਨਾਂ ਦਾ ਫਿਜ਼ੀਕਲ ਹੈਲਥ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ। ਜਿੱਥੇ ਕਿ ਫਿਜ਼ੀਕਲ ਹੈਲਥ ਦਾ ਅਸੀਂ ਧਿਆਨ ਰੱਖਦੇ ਹਾਂ, ਉੱਥੇ ਹੀ ਮੈਂਟਲ ਹੈਲਥ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਵੇਰੀਅਸ ਐਕਟੀਵਿਟੀਜ਼ ਕਰਵਾਈ ਜਾਂਦੀ ਹੈ, ਜਿਵੇਂ ਵੀਲਚੇਅਰ ਦੇ ਵਿੱਚ ਰੇਸ ਦੇ ਵਿੱਚ ਪਾਰਟਿਸਪੇਟ ਹੋ ਗਿਆ, ਵੀਲਚੇਅਰ ਦੀ ਰੇਸ ਹੋ ਗਈ, ਹੋਰ ਗੇਮਸ ਹੋ ਗਈਆਂ। ਤੁਸੀਂ ਅੱਜ ਦੇਖੋਗੇ ਕਿ ਸਾਡੇ ਕੋਲ ਕਾਫੀ ਸਾਰੀ ਐਸੀ ਗੇਮਸ ਨੇ ਜੋ ਅਸੀਂ ਵੀਲਚੇਅਰ ਪੇਸ਼ੈਂਟਸ ਦੇ ਨਾਲ ਮਿਲ ਕੇ ਖੇਡਦੇ ਵੀ ਹਾਂ ਤੇ ਉਹਨਾਂ ਨੂੰ ਖਿਡਾਉਂਦੇ ਵੀ ਹਾਂ, ਤਾਂ ਕਿ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਹ ਵੀ ਸਹੀ ਰਹੇ। ਕਿਉਂਕਿ ਤੁਸੀਂ ਸੰਗਤ ਜੀ ਇਹ ਅੰਦਾਜ਼ਾ ਲਗਾਓ ਕਿ ਕਿਸੇ ਦਾ ਇੱਕਦਮ ਐਕਸੀਡੈਂਟ ਹੋ ਗਿਆ ਤੇ ਉਹਦਾ ਇੱਕਦਮ ਨੀਚੇ ਵਾਲਾ ਸਰੀਰ ਖੜ ਗਿਆ, ਕਿ ਉਹਦੇ ਤੇ ਉਹਦੇ ਦਿਮਾਗ ਦੇ ਉੱਪਰ ਕਿੰਨਾ ਅਸਰ ਹੋਏਗਾ ਕਿ ਹਾਏ ਮੈਂ ਚੱਲ ਨਹੀਂ ਸਕਦਾ, ਇਸ ਤੋਂ ਬਾਅਦ ਮੇਰਾ ਕੀ ਬਣੇਗਾ। ਆਰਥਿਕ ਤੌਰ ਤੇ ਵੀ ਉਹ ਕਮਜ਼ੋਰ ਹੋ ਜਾਂਦਾ ਹੈ, ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ, ਸਰੀਰਕ ਪੱਖੋਂ ਵੀ ਕਮਜ਼ੋਰ ਹੋਣਾ ਹੀ ਹੋਣਾ। ਤੇ ਉਹਦਾ ਸਰੀਰਕ ਪੱਖੋਂ ਤਾਂ ਉਹਨੂੰ ਫਿਜ਼ੀਓਥੈਰੇਪੀ ਦੇ ਨਾਲ ਅਸੀਂ ਠੀਕ ਕਰਦੇ ਹੀ ਹਾਂ, ਜਦਕਿ ਉਹਦਾ ਮਾਨਸਿਕ ਤੌਰ ਤੇ ਮੈਂਟਲ ਹੈਲਥ ਦੀ ਦੇਖ ਰੇਖ ਅਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਰੀਏ ਕਿ ਪੇਸ਼ੈਂਟ ਜਿਹੜਾ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ, ਅਕੇਲਾਪਨ ਨਾ ਫੀਲ ਕਰੇ, ਇੱਕ ਫੈਮਿਲੀ ਦੇ ਵਾਂਗੂ ਸਾਡੇ ਕੋਲ ਰਹੇ। ਤੁਸੀਂ ਆਹ ਦੇਖ ਸਕਦੇ ਹੋ ਕਿ ਸਾਡੇ ਕੋਲ ਵੇਰੀਅਸ ਗੇਮਸ, ਵੇਰੀਅਸ ਐਕਟੀਵਿਟੀਜ਼ ਨੇ ਜੋ ਵੀਲਚੇਅਰ ਪੇਸ਼ੈਂਟ ਖੇਡ ਰਹੇ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੀ ਲੈਵਲ ਪੇਸ਼ੈਂਟ ਹੈ ਜੀ, ਜਿਹੜੇ ਕਿ ਆਪਣੇ ਬਲੋਕਸ ਦੇ ਨਾਲ ਪੈਗਨ ਸੋਕਟ ਬਲੋਕ ਕਹਿੰਦੇ ਨੇ, ਇਹਦੇ ਨਾਲ ਇਹ ਐਕਸਰਸਾਈਜ਼ ਕਰ ਰਹੇ ਨੇ। ਤੇ ਡਾਟ ਵਾਲੀ ਗੇਮਸ ਵੀ ਸਾਡੇ ਕੋਲ ਹੈ ਕਿ ਵੀਲਚੇਅਰ ਵਾਲੇ ਪੇਸ਼ੈਂਟ ਹੈ ਜਿਹੜੇ ਆਪਣਾ ਏਮ ਉਹ ਸਹੀ ਕਰਨ ਤੇ ਮੈਂਟਲ ਹੈਲਥ ਦੇ ਉੱਪਰ ਫੋਕਸ ਦੇਣ, ਤਾਂ ਕਿ ਉਹਨਾਂ ਦੀ ਮੈਂਟਲ ਹੈਲਥ ਇੱਕਦਮ ਐਕਟਿਵ ਔਰ ਸਹੀ ਰਹੇ ਜੀ। ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜੇ ਐਕਟਿਵ ਪੇਸ਼ੈਂਟ ਨੇ ਅੰਕਲ ਜੀ ਔਰ ਬਲਦੇਵ ਵੀਰ ਜੀ ਨੇ, ਜਿਹੜੇ ਕਿ ਟੇਬਲ ਟੈਨਿਸ ਖੇਡ ਰਹੇ ਨੇ। ਇਹ ਪਹਿਲੇ ਬਲਦੇਵ ਵੀਰ ਜੀ ਨੇ ਜੋ ਉਹ ਬਹੁਤ ਜ਼ਿਆਦਾ ਮੈਂਟਲ ਇਲਨੈਸ ਦਾ ਸ਼ਿਕਾਰ ਸੀਗੇ, ਇਹ ਕਾਫੀ ਜ਼ਿਆਦਾ ਮੈਂਟਲੀ ਵੀਕ ਸੀ, ਪਰ ਹੁਣ ਜਦੋਂ ਦੇ ਸਾਡੇ ਕੋਲ ਆਏ ਨੇ ਸਾਡੇ ਨਾਲ ਜੁੜੇ ਨੇ, ਇੱਕ ਫੈਮਿਲੀ ਦੇ ਵਾਂਗੂ ਰਹਿੰਦੇ ਨੇ, ਤੇ ਇੱਥੇ ਫਿਜ਼ੀਕਲ ਹੈਲਥ ਠੀਕ ਕਰਨ ਦੇ ਨਾਲ ਨਾਲ ਇਹ ਆਪਣੀ ਮੈਂਟਲ ਹੈਲਥ ਵੀ ਠੀਕ ਕਰ ਰਹੇ ਨੇ। ਆਜੋ ਤੁਹਾਨੂੰ ਇੱਕ ਅੱਗੇ ਦਿਖਾਉਂਦੇ ਹਾਂ ਕਿ ਜਿਵੇਂ ਇਹ ਸਾਰੇ ਗਰੁੱਪ ਮਿਲ ਕੇ, ਲੇਡੀਜ਼ ਦਾ ਗਰੁੱਪ ਮਿਲ ਕੇ ਇਹ ਕੈਰਮ ਬੋਰਡ ਖੇਡ ਰਹੇ ਨੇ। ਸਾਰੇ ਸਪਾਈਨਲ ਕੋਡ ਦੇ ਪੇਸ਼ੈਂਟਸ ਨੇ ਤੇ ਕੁਝ ਅਟੈਂਡੈਂਟ ਵੀ ਮਿਲ ਕੇ, ਤਾਂ ਕਿ ਕਿਸੇ ਨੂੰ ਵੀ ਕੋਈ ਅਕੇਲਾਪਨ ਮਹਿਸੂਸ ਨਾ ਹੋਵੇ, ਇੱਕ ਫੈਮਿਲੀ ਦੇ ਵਾਂਗੂ ਰਹਿਣ।
ਇਹ ਸਾਰੇ ਕੈਰਮ ਬੋਰਡ ਖੇਡ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਮਾਤਾ ਜੀ ਨੇ, ਮਾਤਾ ਜੀ ਹੁਣੇ ਸਵਸਥ ਹੋਏ ਨੇ ਆਪਣੇ ਬੈੱਡ ਸੋਰ ਦੇ ਵਿੱਚੋਂ। ਸਤਿ ਸ਼੍ਰੀ ਅਕਾਲ ਮਾਤਾ ਜੀ, ਠੀਕ ਹੋ ਜੀ ਤੁਸੀਂ? ਤੁਸੀਂ ਬੈੱਡ ਸੋਰ ਰਿਕਵਰੀ ਤੁਹਾਡੀ ਹੁਣੇ ਰੀਸੈਂਟ ਹੋਈ ਆ ਜੀ, ਕੁਛ ਦਿਨਾਂ ਤੋਂ ਹੋਈ ਆ ਤੁਹਾਨੂੰ, ਹਨਾ? ਰੀਹੈਬਿਲੀਟੇਸ਼ਨ ਚੱਲਦੇ ਨੂੰ, ਤੇ ਅੱਜ ਮੈਂਟਲ ਹੈਲਥ ਦੇ ਉੱਪਰ ਵੀ ਅਸੀਂ ਫੋਕਸ ਕਰ ਰਹੇ ਹਾਂ, ਹਨਾ ਜੀ, ਤਾਂ ਕਿ ਤੁਸੀਂ ਸਾਰੇ ਖੁਸ਼ ਰਹੋ, ਕੋਈ ਜ਼ਿਆਦਾ ਆਪਣਾ ਸੋਚੇ ਨਾ ਜੀ, ਹਨਾ, ਕਿਉਂਕਿ ਟੈਨਸ਼ਨ ਹੋ ਜਾਂਦੀ ਹੈ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ ਜੀ, ਹਨਾ ਜੀ। ਤੇ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਗੇਮਸ ਖੇਡ ਕੇ ਜੀ? ਤੁਹਾਡੇ ਟਾਈਮ ਤਾਂ ਬਚਪਨ ਦੇ ਵਿੱਚ ਕੁਝ ਹੋਰ ਗੇਮ ਸੀ, ਹੁਣ ਇਸ ਟਾਈਮ ਦੇ ਵਿੱਚ ਚੇਂਜ ਹੋ ਗਈ, ਹਨਾ ਜੀ। ਫਿਰ ਵੀ ਮਨੋਰੰਜਨ ਦਾ ਸਾਧਨ ਤੇ ਉਹੀ ਰਹਿੰਦਾ, ਹਨਾ ਜੀ। ਤੁਸੀਂ ਇੰਜੋਏ, ਚਾਹੇ ਉਹ ਵੱਡੀ ਗੇਮ ਹੋਵੇ ਚਾਹੇ ਛੋਟੀ ਗੇਮ ਹੋਵੇ, ਇੰਜੋਏ ਤਾਂ ਤੁਸੀਂ ਕਰ ਪਾਉਂਦੇ ਹੋ, ਹਨਾ ਜੀ। ਹਾਂ, ਬਸ ਇਹੀ ਚਾਹੀਦਾ ਕਿ ਸਾਰੇ ਪੇਸ਼ੈਂਟ ਸਾਡੇ ਖੁਸ਼ ਰਹਿਣ, ਇੰਜੋਏ ਕਰਨ, ਤਾਂ ਕਿ ਉਹਨਾਂ ਨੂੰ ਕੋਈ ਡਿਪਰੈਸ਼ਨ ਦਾ ਸ਼ਿਕਾਰ ਜਾਂ ਫਿਰ ਉਹ ਕੋਈ ਹੋਰ ਬਿਮਾਰੀ ਤੋਂ ਬਚ ਜਾਣ ਜੀ। ਸੋ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਟੇਬਲ ਟੈਨਿਸ ਦੀ ਗੇਮ ਖੇਡ ਰਹੇ ਨੇ। ਸੋ ਤੁਹਾਨੂੰ ਇੱਕੇ ਇੱਕ ਅਸੀਂ ਵਾਰ ਵਾਰ ਗੁਜ਼ਾਰਿਸ਼ ਕਰਦੇ ਹਾਂ, ਵਾਰ ਵਾਰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤਾਂ ਕਿ ਜੋ ਇਹ ਵੀਡੀਓ ਹੈ ਸਾਡੀ ਇਹ ਲੋੜਵੰਦ ਸੱਜਣ ਤੇ ਦਾਨੀ ਸੱਜਣਾਂ ਕੋਲ ਜ਼ਰੂਰ ਪਹੁੰਚੇ। ਕਿਉਂਕਿ ਬਹੁਤ ਸਾਰੇ ਐਸੇ ਪੇਸ਼ੈਂਟ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਬੰਦ ਰਹਿ ਜਾਂਦੇ ਨੇ, ਤੇ ਉਹਨਾਂ ਨੂੰ ਟਾਈਮ ਤੇ ਨਾ ਇਲਾਜ ਮਿਲਦਾ ਹੈ, ਨਾ ਹੀ ਕੋਈ ਦਵਾਈ ਮਿਲਦੀ ਹੈ, ਨਾ ਹੀ ਕੋਈ ਉਹਨਾਂ ਦਾ ਕੋਈ ਫਿਜ਼ੀਓਥੈਰੇਪੀ ਟ੍ਰੀਟਮੈਂਟ ਹੁੰਦਾ ਹੈ। ਸੋ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤਾਂ ਕਿ ਇਹ ਲੋੜਵੰਦ ਸੱਜਣ ਤੇ ਦਾਨੀ ਸੱਜਣਾਂ ਕੋਲ ਪਹੁੰਚ ਚੁੱਕੇ। ਸੰਗਤ ਜੀ, ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਛ ਹੋ ਰਿਹਾ ਹੈ, ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਸੈਂਟਰ ਚੱਲ ਰਿਹਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।